ਸ਼ਸ਼੍ਰੀਕਲ ਸਟੂਡੈਂਟਸ ਆਈ ਹੋਪ ਤੁਹਾਡੀ ਪੀਐਸ ਸਟੱਡੀ ਤਿਆਰੀ ਬਹੁਤ ਵਧੀਆ ਚੱਲਦੀ ਪਈ ਹੋਊਗੀ ਅੱਜ ਆਪਾਂ ਸਾਇੰਸ ਦੇ ਨੇਚਰਲ ਫੀਨੋਮੇਨਾ ਦੇ ਇੱਕ ਹੋਰ ਪਾਠ ਲੈ ਕੇ ਆਏ ਹਾਂ ਜਿਦੇ ਵਿੱਚ ਆਪਾਂ ਕਰਾਂਗੇ ਅਰਥਕਵੇਕ ਤੇ ਇਸ ਤੋਂ ਬਾਅਦ ਕਰਾਂਗੇ ਵੋਲਕੇਨੋ ਸਭ ਤੋਂ ਪਹਿਲਾਂ ਅਰਥਕਵੇਕ ਦੀ ਗੱਲ ਕਰੀਏ ਅਰਥਕਵੇਕ ਅਰਥਕਵੇਕ ਹੁੰਦੀ ਕੀ ਆਪਾਂ ਨੂੰ ਪਤਾ ਪਹੁੰਚਾਲਨ ਬੋਲਦੇ ਆਪਾਂ ਜਦੋਂ ਸਡਨ ਸ਼ੇਕਿੰਗ ਹੁੰਦੀ ਹੈ ਅਰਥ ਦੇ ਕਰਸਟ ਦੀ ਬਹੁਤ ਪਮਾਇਤ ਹੁੰਦੀ ਬਹੁਤ ਥੋੜੇ ਟਾਈਮ ਲਈ ਆ ਪਰ ਇਹ ਕਾਫੀ ਜ਼ਿਆਦਾ ਡੇਂਜਰਸ ਹੁੰਦੀ ਆ ਤਾਂ ਇਹ ਥੋੜੇ ਟਾਈਮ ਦੀ ਸ਼ੇਕਿੰਗ ਨੂੰ ਕੀ ਬੋਲਦੇ ਆਪਾਂ ਅ ਮਤਲਬ ਜਿਹੜੇ ਦੋ ਤੇ ਢਾ ਟੈਕਟੋਨਿਕ ਪਲੇਟਸ ਹੁੰਦੀਆਂ ਆਪਸ ਵਿੱਚ ਇੱਕ ਦੂナー ਟਕਰਾਂਦੀਆਂ ਜਾਂ ਮੂਵ ਕਰਦੀਆਂ ਉਹਨੂੰ ਫਿਰ ਵੋਲਕੈਨਿਕ ਅਰਪਸ਼ਨ ਹੁੰਦਾ ਵੋਲਕੈਨਿਕ ਆਪਾਂ ਅੱਗੇ ਪੜਾਂਗੇ ਵੋਲਕੈਨਿਕ ਕਿ ਨੂੰ ਬੋਲਦੇ ਆਪਾਂ ਜਵਾਲਾਮੁਖੀ ਨੂੰ ਬੋਲਦੇ ਆਂ ਜਦੋਂ ਜਵਾਲਾਮੁਖੀ ਫਟਦੀ ਹੈ ਉਸ ਆਸ-ਪਾਸ ਦੇ ਏਰੀਆ ਦੇ ਵਿੱਚ ਕੀ ਹੁੰਦੀ ਹੈ ਆਰਥਕਿਕ ਦੇਖਣ ਨੂੰ ਮਿਲਦੀ ਆ ਤੇ ਫਿਰ ਅੱਗੇ ਡਿਸਲੋਕੇਸ਼ਨ ਆਫ ਦਿ ਕਰਸਟ ਜਿਹੜੀਆਂ ਕਰਸਟ ਜਿਹੜਾ ਉੱਪਰਲਾ ਕਰਸਟ ਆ ਉਹ ਹਿੱਲਦਾ ਫਿਰ ਅੰਡਰਗਰਾਉਂਡ ਜਿਹੜਾ ਨਿਊਕਲੀਅਰ ਐਕਸਪਲੋਜ਼ਨ ਹੁੰਦੇ ਆ ਇਹ ਦਾ ਚੌਥਾ ਕਾਰਨ ਆ ਜਦੋਂ ਆਪਾਂ ਅੰਡ ਇਹ ਕੀ ਕਰਦਾ ਟੈਕਟੋਨਿਕ ਪਲੇਟਸ ਜਿਹੜੀਆਂ ਭਾਰਤ ਦੀ ਬਾਉਂਡਰੀ ਦੇ ਉੱਤੇ ਉਹਨਾਂ ਕਰਕੇ ਹੁੰਦਾ ਇਸ ਬਾਉਂਡਰੀ ਨੂੰ ਕੀ ਬੋਲਦੇ ਆਪਾਂ ਫੋਲਡ ਜ਼ੋਨ ਬੋਲਦੇ ਆ ਮਤਲਬ ਜਿੰਨਾਂ ਦੇ ਕਰਕੇ ਇਹ ਅਕਰ ਹੁੰਦੇ ਹੁਣ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ ਪਲੇਟਸ ਦਾ ਬਾਉਂਡਰੀ ਹੁੰਦੀ ਹੈ ਜਿੱਥੇ ਜਿੰਨਾਂ ਨੂੰ ਪਤਾ ਬਿਸ਼ੇਸ਼ ਹੁੰਦਾ ਵੀ ਇਹ ਕਿਸੇ ਨਾ ਕਿਸੇ ਟਾਈਮ ਨੂੰ ਹਿੱਲ ਸਕਦੀਆਂ ਉਸ ਪ੍ਰੈਟਿਕਲ ਜ਼ੋਨ ਨੂੰ ਫੋਲਡ ਜ਼ੋਨ ਬੋਲਦੇ ਨੇ ਅਭੀਥੇ ਹੁੰਦਾ ਵੀ ਇਸ ਜਗ੍ਹਾ ਦੇ ਉੱਤੇ ਪੋਚਾਲ ਹੁੰਦੇ ਚਾਂਸ ਹੈਗੇ ਆ ਹੁਣ ਫਿਰ ਇੱਧਰ ਗਿਆ ਜਾਂਦਾ ਸਿਸਮਿਕ ਫੋਰਸ ਫੋਕਸ ਇਹ ਇੱਕ ਪਲੇਸ ਆ ਪਰਿਜੰਦੀ ਅਰਥਿਕ ਦੀ ਇਨਸਾਈਡ ਦੇ ਵਿੱਚ ਜਿਹਨੂੰ ਸਿਸਮਿਕ ਫੋਕਸ ਫੋਕਸ ਬੋਲ ਦਿੰਦੇ ਆ ਇਸ ਪਰਟੀਕੂਲਰ ਪੁਆਇੰਟ ਨੂੰ ਕੀ ਬੋਲ ਦਿੰਦੇ ਆ ਆਪਾਂ ਸਿਸਮਿਕ ਫੋਕਸ ਬੋਲ ਦਿੰਦੇ ਆ ਐਪੀਸੈਂਟਰ ਕੀ ਹੁੰਦਾ ਆਪਣੇ ਕੋਲੇ ਇਹ ਪੁਆਇੰਟ ਹੁੰਦਾ ਸਰਫੇਸ ਦੀ ਅਰਥ ਦੇ ਉੱਤੇ ਜਿਹੜਾ ਕਿ ਡਾਇਰੈਕਟਲੀ ਅਬੋਵ ਹੁੰਦਾ ਕਿ ਇਹਦੇ ਫੋਕਸ ਜਿਹੜਾ ਆਪਾਂ ਹੁਣੇ ਪੜਿਆ ਸਿਸਮਿਕ ਫੋਕਸ ਦੇ ਉੱਪਰ ਜਿਹੜਾ ਪੁਆਇੰਟ ਆ ਹੁਣ ਇਹ ਤਾਂ ਆਪਾਂ ਸਾਰੀ ਗੱਲ ਅੰਦਰ ਕਰੀ ਜਾਂਦੇ ਆ ਅਰਥ ਦੇ ਇੱਕ ਅਰਥ ਦੀ ਸਰਫੇਸ ਦੇ ਉੱਤੇ ਇਸ ਪੁਆਇੰਟ ਨੂੰ ਕੀ ਬੋਲਾਂਗੇ ਆਪਾਂ ਐਪੀਸੈਂਟਰ ਬੋਲਾਂਗੇ ਜਿੱਥੇ ਹੇਠਾਂ ਆਹ ਫ ਤੇ ਇਸ ਦੇ ਉੱਤੇ ਇਥੇ ਇੰਪੈਕਟ ਸਭ ਤੋਂ ਵੱਧ ਦੇਖਣ ਨੂੰ ਮਿਲਦਾ ਹੈ ਇਸ ਸਰਫੇਸ ਦੇ ਉੱਤੇ ਆਪਾਂ ਕਹਿ ਦਈਏ ਅਰਥ ਕੋ ਇੱਕਦਮ ਫਿਰ ਸਿਸਮਿਕ ਵੇਵਜ਼ ਹੁੰਦੀਆਂ ਇਹ ਵੇਵਜ਼ ਹੁੰਦੀਆਂ ਜਿਹੜੀਆਂ ਕਿ ਅਰਥ ਦੀ ਸਰਫੇਸ ਦੇ ਵਿੱਚ ਜਨਰੇਟ ਹੁੰਦੀਆਂ ਕਾਦੀ ਕਰਕੇ ਸਿਸਮਿਕ ਸ਼ੌਕ ਵੇਵਜ਼ ਕਰਕੇ ਮਤਲਬ ਇਹਦੇ ਤੋਂ ਟਰੱਕ ਹਿੱਲਣ ਗਿਆ ਤੇ ਇੱਕ ਸ਼ੌਕ ਪੈਦਾ ਕਰਨੀ ਆ ਉਸ ਸ਼ੌਕ ਨੂੰ ਵੇਵ ਜਿਹੜੀ ਵੇਵ ਨੂੰ ਕੋਈ ਬੋਲਾਂਗੇ ਆਪਾਂ ਸਿਸਮਿਕ ਵੇਵ ਬੋਲਾਂਗੇ ਫਿਰ ਸਿਸਮੋਗ੍ਰਾਫ ਹੁੰਦਾ ਜਿਹੜਾ ਡਿਟੈਕਟ ਕਰਦਾ ਇਨਸਟਰੂਮੈਂਟ ਇਹ ਡਿਟੈਕਟ ਕਰਦਾ ਵੀ ਕਿੰਨੇ ਤੀਬਰ ਦਾ ਤੇ ਇਹ ਭੁਚਾਲ ਆਇਆ ਸੀਗਾ ਮਤਲਬ ਇੰਟੈਂਸਿਟੀ ਪਤਾ ਕਰਦਾ ਉਸ ਵੇਵਜ਼ ਦੀ ਜਿੰਨੀ ਵੇਵਜ਼ ਹੁੰਦੀ ਹੈ ਉਹ ਫਿਰ ਉਹਨਾਂ ਹਿਲ ਜਾਂਦਾ ਇਹ ਤਾਂ ਉਹ ਫਿਰ ਪੁਆਇੰਟ ਤੇ ਪਤਾ ਲੱਗ ਜਾਂਦਾ ਵੀ ਆਪ ਨੂੰ ਕਿੰਨੇ ਵੇਵ ਕਿੰਨੀ ਤੀਬਰਤਾ ਨਾਲ ਆਇਆ ਸੀ ਫਿਰ ਸਿਸਮੋਗ੍ਰਾਮ ਹੁੰਦਾ ਸਿਸਮੋਗ੍ਰਾਮ ਇਹੰ ਦਾ ਜਦੋਂ ਹਿਲਦਾ ਪੁਆਇੰਟ ਉਹ ਪੁਆਇੰਟ ਨੂੰ ਇੱਕ ਸ਼ੀਟ ਦੇ ਉੱਤੇ ਨੋਟ ਕਰਦੇ ਆ ਤਾਂ ਉਹ ਸ਼ੀਟ ਦੇ ਉੱਤੇ ਪ੍ਰੋਪਰ ਇੱਕ ਗ੍ਰਾਫ ਬਣ ਜਾਂਦਾ ਉਹਨੂੰ ਕੀ ਬੋਲ ਦਿੰਨੇ ਆਪਾਂ ਸਿਸਮੋਗ੍ਰਾਫ ਬੋਲ ਦਿੰਨੇ ਆ ਫਿਰ ਇੱਕ ਰਿਚਰਡ ਸਕੇਲ ਹੋਰ ਹੁੰਦਾ ਰਿਚਰਡ ਸਕੇਲ ਮੈਗਨੀਟਿਊਡ ਪਤਾ ਕਰਦਾ ਹੁਣ ਇਹ ਤਾਂ ਸੀਗਾ ਕਿੰਨੀ ਤੀਬਰਤਾ ਨਾਲ ਆਇਆ ਹੁਣ ਤੀਬਰਤਾ ਨਾਲ ਕਿੰਨੀ ਆਇ ਪਰ ਵੈਲਿਊ ਕਿੰਨੀ ਆਈ ਉਹਦੀ ਉਹ ਕੌਣ ਦੱਸਦਾ ਆਪਾਂ ਨੂੰ ਰੀਚਰਡ ਸਕੇਲ ਰੀਚਰਡ ਮਤਲਬ ਇਹ ਚਾਰਲਸ ਐਫ ਰੀਚਰ ਨੇ ਬਣਾਇਆ ਸੀਗਾ ਤੇ ਇਹਦੀ ਰੇਂਜ 0 ਤੋਂ ਲੈ ਕੇ 10 ਹੁੰਦੀ ਹੈ ਤੇ ਉਹਦੀ ਫਿਰ ਤੀਬਰਤਾ ਨਾਲ ਦੱਸ ਦਿੰਦੇ ਆ ਤੇ ਅੱਗੇ ਥੱਲੇ ਰੀਚਰਡ ਸਕੇਲ ਦਿੱਤਾ ਹੋਇਆ ਉਹਨਾਂ ਨੇ ਵੀ 0 ਤੋਂ ਲੈ ਕੇ 2.9 ਮਾਈਲਡ ਹੁੰਦਾ ਮਤਲਬ ਬਹੁਤ ਥੋੜਾ ਹੁੰਦਾ ਜਿੱਨਾ ਕੋਈ ਡੈਮੇਜ ਨਹੀਂ ਹੁੰਦੀ ਫਿਰ 3 ਤੋਂ ਲੈ ਕੇ 5.5 ਮੋਡਰੇਟ ਹੁੰਦਾ ਜਿਸ ਨਾਲ ਇੰਡੋਰ ਚੀਜ਼ਾਂ ਡਿੱਗਦੀਆਂ ਵਿੰਡੋਜ਼ ਵਗੈਰਾ ਮਤਲਬ ਹਿੱਲਦੀਆਂ ਜਾਂ ਸ਼ੈਲ ਸ਼ਿਫਟ ਤੋਂ ਸਮਾਨ ਡਿੱਗਦਾ ਫਿਰ 5.6 ਤੋਂ ਲੈ ਕੇ 7 ਦੇ ਵਿੱਚ ਸਟਰੋਂਗ ਹੁੰਦਾ ਇਹ ਸ पर 7.7 ਤੋਂ 9 ਤਿੱਕਰ ਬਹੁਤ ਸਟਰੋਂਗ ਹੁੰਦਾ ਇਨਰ ਸਟਰਕਚਰ ਡਿਸਟਰੋਏ ਵੀ ਹੋ ਜਾਂਦੇ ਆ 8 ਤੋਂ ਲੈ ਕੇ 10 ਵਾਲਾ ਬਹੁਤ ਹੀ ਡਿਜ਼ਾਸਟਰ ਹੁੰਦਾ ਇਹਦੇ ਨਾਲ ਮਤਲਬ ਆਇਰਲਵੇ ਟ੍ਰੈਕ ਵੀ ਡਿਸਟਰੋਏ ਹੁੰਦੇ ਬ੍ਰਿਜ ਵੀ ਮੋਸਟ ਆਫ ਸਾਰਾ ਸਟਰਕਚਰਸ ਖਤਮ ਕਰ ਦਿੰਦਾ ਤਾਂ ਮੇਜਰ ਜਿਹੜੇ ਆਰਥਕਵੇਕ ਬੁਜ ਡਿਸਟ੍ਰਿਕਟ ਗੁਜਰਾਤ ਦੇ ਵਿੱਚ ਹੁੰਦੇ ਆ 26 ਜਨਵਰੀ 2001 ਦੇ ਵਿੱਚ ਆਇਆ ਸੀਗਾ 8 ਅਕਤੂਬਰ 2005 ਦੇ ਵਿੱਚ ਉੜੀ ਤੇ ਤਗਧਰ ਜਿਹੜਾ ਤੰਗਧਰ ਹੈ ਗਿਆ ਨਾਰਥ ਕਸ਼ਮੀਰ ਦੇ ਵਿੱਚ ਉੱਥੇ ਆਇਆ ਸੀ ਉੱਥੇ ਇਹਦੀ ਤੀਬਰਤਾ 7.5 ਸੀਗੀ ਜਿਹੜਾ ਵੈਰੀ ਵੈਰੀ ਸਟਰੋਂਗ ਦੇ ਵਿੱਚ ਆਉਂਦਾ ਹੁਣ ਵੋਲਕੇਨ ਆਪ ਨੂੰ ਪਤਾ ਜਵਾਲਾਮੁਖੀ ਨੇ ਬੋਲਦੇ ਆ ਜਵਾਲਾਮੁਖੀ ਜਦੋਂ ਅੰਦਰੋਂ ਜਿਹੜਾ ਲਾਵਾ ਨਿਕਲਦਾ ਬਾਹਰ ਨੂੰ ਉਹਨੂੰ ਬੋਲਦੇ ਆ ਵੋਲਕੇਨ ਨੂੰ ਜਿਹੜਾ ਰਪਚਰ ਮਤਲਬ ਅਰਥ ਜਿਹੜੀ ਵੀ ਬਣੀ ਹੋਈ ਆ ਜਿਹੜੀ ਵੀ ਮਾਸਤੀ ਬਣੀ ਹੋਈ ਆ ਉਹ ਸਾਰਾ ਮਾਸ ਬਾਹਰ ਨੂੰ ਨਿਕਲ ਕੇ ਆਉਂਦਾ ਤੇ ਇਹ ਅਲਾਉ ਕਰਦਾ ਹੋਟ ਲਾਵਾ ਵੋਲਕੇਨਿਕ ਐਸ਼ ਤੇ ਗੈਸੇਸ ਨੂੰ ਐਸਕੇਪ ਹੋਣਾ ਮਤਲਬ ਬਾਹਰ ਨਿਕਲਣਾ ਤੋਂ ਜਿਹੜਾ ਮੈਗਮਾ ਚੈਂਬਰ ਹੁੰਦਾ ਹੈ ਹੇਠਾਂ ਸਰਫੇਸ ਦੇ ਵਿੱਚ ਉਹਦੇ ਤੋਂ ਹੁਣ ਜਿਹੜਾ ਅਰਥ ਦਾ ਵੋਲਕੇਨ ਹੋ ਆ ਉਹ ਕਾਦੇ ਕਰਕੇ ਹੁੰਦਾ ਜਦੋਂ ਕਰਸਟ ਬ੍ਰੋਕਨ ਹੋ ਜਾਂਦੀ ਹੈ 17 ਮੇਜਰ ਦੇ ਵਿੱਚ ਮਤਲਬ 17 ਪਾਰ ਤੇ ਇਹ ਟੈਕਟੋਨਿਕ ਪਲੇਟਸ ਜਿਹੜੀਆਂ ਹੁੰਦੀਆਂ ਉਹ ਫਲੋਟ ਕਰਦੀਆਂ ਹੋਟਰ ਸ ਲੈਅਰ ਦੇ ਵਿੱਚ ਮਤਲਬ ਥੱਲੇ ਇੱਕ ਮੈਂਟਲ ਲੈਅਰ ਹੁੰਦੀ ਆ ਉਹਦੇ ਉਸ ਉਸ ਲੈਅਰ ਦੇ ਵਿੱਚੋਂ ਮਤਲਬ ਕਹਿ ਲਓ ਲਾਵਾ ਬਾਹਰ ਆਉਂਦਾ ਤੇ ਇਸ ਕਰਕੇ ਅਰਥ ਦੇ ਵਿੱਚ ਵੋਲਕੈਨੋ ਜਨਰੇਟ ਹੁੰਦਾ ਤੇ ਇਹ ਟੈਕਟੋਨਿਕ ਪਲੇਟਸ ਜਿਹੜੀਆਂ ਡਵਰਜੈਂਟ ਜਾਂ ਕਨਵਰਜਿੰਗ ਮਤਲਬ ਇਕੱਠੀਆਂ ਜਾਂ ਛੰਗੜਦੀਆਂ ਫੈਲਦੀਆਂ ਰਹਿੰਦੀਆਂ ਤੇ ਜਿਆਦਾ ਇਹ ਅন্ডਰਵਾਟਰ ਮਤਲਬ ਪਾਣੀ ਤੋਂ ਵੀ ਹੇਠ ਦੇਖਣ ਨੂੰ ਮਿਲਦੀਆਂ ਆਪਾਂ ਇਹਦੇ ਵਿੱਚ ਕੋਈ ਜ਼ਿਆਦਾ ਨਹੀਂ ਬਸ ਤੁਸੀਂ ਇਹ ਯਾਦ ਰੱਖ ਲਿਓ ਵੀ ਵੋਲਕੈਨੋ ਜਿਹੜੇ ਫਾਰਮ ਹੁੰਦੇ ਆ ਥੱਲੇ ਜਿਹੜਾ ਕਰਸਟ ਹੁੰਦਾ ਕਰਸਟ ਦੇ ਹ ਕਾ ਮਤਲਬ ਜਿਹੜੇ ਜਿੰਨਾ ਵੀ ਮੈਟਰ ਪਿਆ ਹੁੰਦਾ ਅਰਥ ਦਾ ਉਹ ਪਿਗਲਦਾ ਤੇ ਜਦੋਂ ਉੱਥੇ ਉਹਨੂੰ ਜਗ੍ਹਾ ਮਿਲ ਜਾਂਦੀ ਹੈ ਬਾਹਰ ਨਿਕਲਣ ਵਾਸਤੇ ਅੰਦਰ ਪ੍ਰੈਸ਼ਰ ਇਕੱਠਾ ਹੋ ਜਾਂਦਾ ਫਿਰ ਬਾਹਰ ਨਿਕਲ ਕੇ ਆ ਜਾਂਦਾ ਆਈ ਹੋਪ ਤੁਹਾਨੂੰ ਸਮਝ ਲੱਗਿਆ ਹੋਏਗਾ ਜੇ ਇਹਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ